ਬਰਾਬਰੀ ਕਿਵੇਂ ਕਰ ਸਕਦਾ ਹੈ? ਇਹਦੇ ਨਾਲ ਦੇ ਨਾ ਪਹਿਲਾਂ ਪਿੰਡਾਂ ਦੇ ਵਿੱਚ ਨਲਕੇ ਹੁੰਦੇ ਸੀ, ਐਡੇ ਐਡੇ ਕੁੱਤਾ ਨਲਕਾ ਕਹਿੰਦੇ ਸੀ ਉਹਨੂੰ, ਕਾਪੜ ਚੁੰਮ ਪਾਣੀ ਕੱਢਦੇ ਹੁੰਦੇ ਸੀ। ਗੱਲ ਸੁਣ, ਤੁਹਾਡੇ ਨਾਲ ਦੇ ਤਾਂ ਨਲਕੇ ਵੀ ਬੰਦ ਹੋ ਗਏ, ਤੁਹਾਡੀ ਨਸਲ ਅਜੇ ਵੀ ਤੁਰੀ ਫਿਰਦੀ ਹੈ। ਅਸਾਂ ਦੀ ਹਾਈਟ ਤੇ ਕਮੈਂਟ ਕਰ ਰਹੇ ਤੂੰ? ਲੈ ਮੇਰੀ ਮੱਤ ਵੱਜੀ, ਮੈਂ ਤੇਰੇ ਤੇ ਕਮੈਂਟ ਕਰਾਂ? ਹੈਂ, ਤੂੰ ਤਾਂ ਕਾ ਤੇ ਮੁੱਕ ਜਾਂਦਾ, ਮਿੰਟ ਕਿਹਦੇ ਤੇ ਕਰਨਾ? ਐਡਾ ਕੁ ਤਾਂ ਹੈਗਾ, ਭੱਜ ਕੇ ਤਾਂ ਬੱਕਰੀ ਥੱਲੇ ਦੀ ਨਿਕਲ ਜਾਂਦਾ, ਬੱਕਰੀ ਵੀ ਹੈਰਾਨ ਹੁੰਦੀ, ਲੇਲਾ ਦੋ ਪੈਰਾਂ ਤੇ ਹੋ ਗਿਆ। ਇਸ ਵਿੱਚ ਅਸਾਂ ਦਾ ਕੀ ਦੋਸ਼ ਹੈ ਫਿਰ ਵੀਰ ਜੀ? ਕਹਿੰਦੇ ਬਸ਼ਰਮਾ ਦੀ ਡੁੱਲ ਗਈ ਦਾਲ, ਤਾਂ ਕਹਿੰਦੇ ਅਸੀਂ ਤਾਂ ਐਂ ਖਾਂਦੇ ਹੁੰਦੇ ਹਾਂ ਜੀ। ਅੰਬਰ ਠੀਕ ਹੈ, ਮਹਿੰਗਾਈ ਦਾ ਜ਼ਮਾਨਾ ਵੀਰ ਜੀ, ਬਣਾਉਣ ਤੇ ਇੰਨਾ ਖਰਚਾ ਆਉਂਦਾ, ਡੁੱਲ ਗਈ ਤੇ ਛੱਡੀਏ ਕਿਉਂ? ਤੈਨੂੰ ਇਹ ਗੱਲ ਦੱਸ ਬਈ, ਮਤਲਬ ਤੇਰੀ ਕਿਆ ਕੰਟਰੀਬਿਊਸ਼ਨ ਹੈ ਹਿੰਦੁਸਤਾਨ ਨੂੰ? ਮਤਲਬ ਜੇ ਤੂੰ ਨਾ ਵੀ ਜੰਮਦਾ ਤਾਂ ਕੀ ਘਾਟਾ ਪੈਣਾ ਸੀ? ਘਾਟਾ ਤੇ ਕੋਈ ਨਹੀਂ ਪੈਣਾ ਸੀ ਸੁੱਖੀ ਵੀਰ ਜੀ, ਪਰ ਇੱਕ ਗੱਲ ਹੈ, ਫਿਰ ਤੁਸਾਂ ਦੀ ਬੋਲਤੀ ਬੰਦ ਹੋ ਜਾਣੀ ਸੀ, ਕਿੱਦੀ ਬੇਇੱਜ਼ਤੀ ਕਰਿਆ ਕਰਦਾ ਤੂੰ ਬੋਲ। ਵਾਹ, ਬਹੁਤ ਵਧੀਆ ਗੱਲ ਕਹੀ ਹੈ ਟੀਨੂੰ ਬਾਈ, ਇੱਕ ਤਾਂ ਬਣਦੀ ਹੈ, ਇੱਕ ਤਾਂ ਬਣਦੀ ਹੈ। ਅਸਾਂ ਦੀ ਪੱਪੀ ਕੋਈ ਨਹੀਂ ਲੈ ਸਕਣਾ, ਤੂੰ ਦੱਸ, ਨਹੀਂ ਲੈ ਸਕਣਾ। ਦਰਜੀ ਵਾਲੀ ਹਰਕਤ ਅਸਾਂ ਨਾਲ ਨਹੀਂ ਕਰਨੀ, ਮੈਂ ਗੰਦੀ ਵੱਢ ਕੇ ਕੱਢ ਸੁੱਟਾਂਗਾ। ਦਰਜੀ ਬਚਾਓ ਸਾਨੂੰ, ਦਰਜੀ ਦਰਜੀ। ਸਲੇਟੀ ਦਾ ਪੁੱਤਰ ਹਰ ਸਾਲ ਨਈ ਲੜਕੀ ਦੇ ਨਾਲ ਕਾਟੀ ਪਾ ਲੈਂਦਾ, ਇਹਦੀ ਨਾ ਕਿਸੇ ਦਿਨ ਟੌਣ ਮਰੋੜ ਦੇਣੀ ਹੈ। ਤੂੰ ਕਿਹਦੀਆਂ ਗੱਲਾਂ ਕਰੀ ਜਾਂਦਾ, ਕਿਤੇ ਮੇਰੀਆਂ ਤਾਂ ਨਹੀਂ ਚੁਗਲੀਆਂ ਕਰੀ ਜਾਂਦਾ? ਓਏ ਮਰ ਜਾਨੇ ਆ, ਗੁੱਸਾ ਨਹੀਂ ਕਰੀਦਾ, ਗੁੱਸੇ ਨਾਲ ਦਿਮਾਗ ਦੀ ਨਾੜੀ ਫਟ ਜਾਂਦੀ ਹੈ। ਗੱਲ ਸੁਣ, ਤੂੰ ਜੱਟਾਂ ਦਾ ਮੁੰਡਾ ਹੈ ਨਾ? ਹਾਂ। ਜੱਟਾਂ ਦੇ ਮੁੰਡੇ ਕਿਸੇ ਕੋਲ ਡਰਦੇ ਨਹੀਂ ਨਾ? ਨਾ। ਘਬਰਾਉਂਦੇ ਨਹੀਂ ਨਾ ਕਿਸੇ ਤੋਂ? ਹੌਸਲੇ ਵਾਲੇ ਹੁੰਦੇ ਨੇ ਨਾ? ਬਿਲਕੁਲ। ਲੈ ਫਿਰ ਤੇਰਾ ਹੌਸਲਾ ਪਰਖਣ ਦਾ ਦਿਨ ਆ ਗਿਆ, ਇਧਰ ਤੱਕ ਇਧਰ ਨਹੀਂ, ਉਹ ਸਾਹਮਣੇ ਤੱਕ। ਸਲੇਟੀ ਦੀਆਂ ਜੀਨ ਨੂੰ ਮਾਰ ਗੋਲੀ, ਚਸ਼ਮਾ ਤੱਕ ਸਲੇਟੀ ਦਾ ਖਾਨਦਾਨੀ ਮੋਕਰਨ ਵਾਲੇ ਹਾਏ ਨੀ, ਹਾਏ ਨੀ, ਜੱਟਾਂ ਵਾਲੀ ਗੱਲ ਹੈ, ਮੋਕਰਦੇ ਕਾਈ ਨੀ ਅਸੀਂ। ਤੂੰ ਜਾ ਜੱਟਾਂ ਵਾਲੀ ਗੱਲ ਕਰ। ਪੱਕੀ ਗੱਲ ਹੈ? ਤੂੰ ਚੱਲ, ਲੈ ਦੇਖ ਤਮਾਸ਼ਾ। ਤੂੰ 100 ਰੁਪਇਆ ਕੱਢ ਕੇ ਰੱਖੀ, ਮੈਂ ਗਿਆ ਤੇ ਐ ਆਇਆ। ਆਏ ਹਾਏ, ਤੂੰ ਚੱਲ ਤੇ ਸਹੀ। ਲੈ ਸਲੇਟੀ ਪੁੱਤਰ, ਅੱਜ ਜੱਟਾਂ ਦੇ ਮੁੰਡੇ ਨੇ ਤੇਰੀ ਰੇਲ ਬਣਾ ਦੇਣੀ ਹੈ। ਚੱਲਿਆ ਤੇ ਗਿਆ। ਓ ਬੱਲੇ 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 ਬੱਲੇ! ਹਾਏ ਹਾਏ! ਓਏ ਓਏ, ਕਿੱਧਰ ਜਾ ਰਿਹਾ ਤੂੰ? ਹਾਂਜੀ, ਐਕਸਕਿਊਜ਼ ਮੀ, ਆ ਫੜਿਓ ਜ਼ਰਾ। ਓਏ ਚੰਡ ਮਾਰ ਛੱਡੀਏ ਟੀਨੂ, ਥੱਪੜ ਮਾਰਿਆ ਹੀਰ ਸਲੇਟੀ ਨੇ। ਓਏ ਪੁੱਤਰ, ਸਲੇਟੀ ਤੇ ਤੇਰੇ ਸਾਹਮਣੇ ਖੜੇ ਤੇ ਹੀਰ ਸਲੇਟੀ ਹੈ। ਸੌਰੀ, ਥੋੜੀ ਕਨਫਿਊਜ਼ਨ ਹੋ ਗਈ। ਆਮ ਸੌਰੀ ਜੀ। ਸਕਸੈਸਫੁਲ ਲਾਈਫ ਦਾ ਇੱਕੋ ਹੀ ਫੰਡਾ ਹੈ ਵੀਰ ਜੀ, ਬਸ ਹੋਵੇ ਤੁਹਾਡੀ ਫੁੱਲ ਮੈਚਿੰਗ, ਸ਼ਾਰਟ ਹਾਈਟ ਤੇ ਕਿਸੇ ਤੋਂ ਡਰਨਾ ਘਬਰਾਨਾ। ਹੇ ਬਗ, ਟ੍ਰਾਈ ਨੀ ਵਨ। ਇਹ ਚਲੋ ਗੱਲ ਕਰਨੀ ਅਸਾਂ ਨੇ, ਚਲੋ ਮੋਟੋ ਸਾਹਮਣੇ ਉਸ ਆਈਟਮ ਤੋਂ ਬਚ ਕੇ। ਉਹ ਛੱਡੋ, ਕੁੜੀਆਂ ਵਸਾਉਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਹੈਗੀ। ਆਈਟਮ ਤੁਸੀਂ ਚੱਲੋ, ਮੈਂ ਆਉਣਾ।
ਬਾਕੀ ਹੁਣ ਤੇਰਾ ਨਾਂ ਆਈਟਮ ਰੱਖ ਦਿੱਤਾ ਇਸਨੇ ਯਾਰ ਤੇ ਬੁਲਾਇਆ ਤੇ ਜਾਣਾ ਤੇ ਪੈਣਾ ਹੀ ਹੈ ਨਹੀਂ ਆਂਟੀ ਨੂੰ ਫੇਰ ਮਾਰੂਗੀ ਉਹ ਮੈਂ ਹੈਗਾ ਨਾ ਇਸ ਤਰ੍ਹਾਂ ਕਿਸ ਤਰ੍ਹਾਂ ਤੇਰੇ ਚਾਟਾ ਮਾਰ ਦੇਗੀ ਤੇਰੀ ਪਿੱਛੇ ਮੈਂ ਹੈਗਾ ਮੂਰੇ ਲੱਗ ਪੁੱਤਰ ਤੂੰ ਡਰਨਾ ਕੋਈ ਨਹੀਂ ਦੇਖ ਲੈ ਤੇਰੀ ਜ਼ਿੰਮੇਵਾਰੀ ਹੈ ਬੋਲੋ ਜੀ ਕੀ ਗੱਲ ਕਰਨੀ ਹੈ ਜਿਹੜੀ ਤੂੰ ਮੋਟੂ ਨੂੰ ਭੇਜ ਕੇ ਸ਼ਰਾਰਤ ਕੀਤੀ ਸੀ ਨਾ ਜੇ ਉਹ ਦੁਬਾਰਾ ਰਿਪੀਟ ਕੀਤੀ ਤਾਂ ਫਿਰ ਫੇਕੇ ਮਤਲਬ ਐਦਾਂ ਕਿਤੇ ਹੋਏਗਾ ਨਹੀਂ ਸੋਹਣਿਓ ਸੋਹਣਿਓ ਦੀਦੀ ਮਾਈ ਕਿਉਂ ਕਰਦੇ ਪਏ ਹੋ ਨੈਵਰ ਰਿਪੀਟ ਕਦੀ ਰੈਪੀਟੇਸ਼ਨ ਹੋਣੀ ਨਹੀਂ ਹੈਗੀ ਹੁਣ ਜਾਈਏ ਅਸੀਂ ਦੈਟਸ ਗੁੱਡ ਫੋਰ ਯੂ ਚਲੋ ਬਈ ਭੈਣ ਦਾ ਵੀ ਭੱਜ ਗਿਆ ਕਿੱਦਾਂ ਲੁਕ ਲੁਕ ਚਾਤੀਆਂ ਮਾਰੇ ਕ੍ਰਿਸ਼ਨ ਮਰਾਰੀ ਰਾਧਾ ਨੂੰ ਚੁੱਪ ਐਂ ਦੱਸੋ ਕੁੜੀ ਕੌਣ ਚੱਕਰ ਕੀ ਹੈ ਤੇਰਾ ਉਹਦੇ ਨਾਲ ਉਹ ਦੀਦੀ ਹੈ ਮੋਟੂ ਦੀ ਆ ਗਏ ਤੁਸੀਂ ਵੀ ਹੈਂ ਨਜ਼ਰ ਬਟੂ ਆਪਣਾ ਕੋਈ ਚੱਕਰ ਨਹੀਂ ਆ ਵੀਰ ਜੀ ਆਪਣੇ ਟਾਈਪ ਦੀ ਨਹੀਂ ਆ ਆਈ ਡੋਨਟ ਲਾਈਕ ਕਰ ਦੀਦੀ ਕਹਿ ਕੇ ਤਾਂ ਇਹਨੇ ਖੇੜਾ ਛੜਾਇਆ ਜੀਤ ਵੀਰ ਮੇਰੀ ਤਾਂ ਥੱਪੜ ਪਰੇਡ ਕਰਾ ਚੁੱਕਿਆ ਤੋਂ ਤੂੰ ਬਚ ਕੇ ਰਹੀ ਟੀਨੂ ਵੀਰੇ ਕੱਲ ਤੱਕ ਨਾ ਮੈਨੂੰ ਉਸ ਕੁੜੀ ਦੀ ਫੁੱਲ ਰਿਪੋਰਟ ਚਾਹੀਦੀ ਹੈ ਡੋਂਟ ਵਰੀ ਮਿਲ ਜਾਏਗੀ ਕਿੱਦਾਂ ਸੋਨਿਓ ਹਾਂ ਜੇ ਅਸਾਂ ਦੇ ਤੇ ਜੀਤ ਦਾ ਪਿਛਲਾ ਸਭ ਕਲੀਅਰ ਚਾਹੁੰਦਾ ਨਾ ਤਾਂ ਚੁੱਪ ਚਾਪ ਕਾਊਂਟਰ ਖਾਲੀ ਕਰ ਜਾ ਬਸ ਖਿਸਕ ਜਾ ਇੱਥੋਂ ਮੈਂ ਮੂੰਹ ਕੁਝ ਨਹੀਂ ਕਰਨਾ ਜੇ ਤਿੰਨ ਹਜ਼ਾਰ 945 ਤੇ 25 ਪੈਸੇ ਦਾ ਹਿਸਾਬ ਕਲੀਅਰ ਮੰਗਦਾ ਤਾਂ ਜਲਦੀ ਤੋਂ ਜਲਦੀ ਕਾਊਂਟਰ ਛੱਡ ਕੇ ਖਿਸਕ ਜਾ ਇੱਥੋਂ ਕੋਈ ਕੁੰਡੀ ਨਹੀਂ ਲਗਾਵਾਂਗਾ ਖੁਦਾ ਦੀ ਕਸਮ ਗੋੜ ਦੀ ਕਸਮ ਚੱਲ ਚੱਲ ਖਿਸਕ ਜਾ ਨਾ ਕੇ ਕਰੇਨਾ ਪਿਆ ਯਾਰ ਅਸੀਂ ਦੇਖੀਏ ਤੇ ਸਹੀ ਹੁੰਦਾ ਕੀ ਪਿਆ ਕੰਟੀਨ ਦੇ ਵਿੱਚ ਰੌਣਕ ਤੁਹਾਨੂੰ ਆਪਣਾ ਨਾਂ ਰੌਣਕ ਤੋਂ ਚੇਂਜ ਕਰਕੇ ਕੁਝ ਹੋਰ ਰੱਖਣਾ ਚਾਹੀਦਾ ਰੌਣਕ ਇਜ਼ ਵੈਰੀ ਦੇਸੀ ਰਿੱਟਾ ਰੁਚੀ ਓ ਪਲੀਜ਼ ਆਈ ਲਵ ਮਾਈ ਨੇਮ ਰੌਣਕ ਸੋ ਆਲਵੇਸ ਕਾਲ ਮੀ ਰੌਣਕ ਓਕੇ ਨਹੀਂ ਨਾ ਤਾਂ ਵੈਸੇ ਠੀਕ ਹੈ ਤੁਸੀਂ ਰਿਸਰਚ ਕਿਸ ਤੇ ਕਰ ਰਹੇ ਹੋ ਕਬੱਡੀ ਤੇ ਬਿਕਾਜ਼ ਆਈ ਲਵ ਕਬੱਡੀ ਐਂਡ ਆਈ ਕੈਨ ਡਾਈ ਫॉर ਕਬੱਡੀ ਸੀਰੀਅਸਲੀ ਕ੍ਰਿਕਟ ਤੇ ਕਿਉਂ ਨਹੀਂ ਕਰਦੇ ਕ੍ਰਿਕਟ ਕ੍ਰਿਕਟ ਨੋ ਨੈਵਰ ਕਦੇ ਵੀ ਨਹੀਂ ਆਪਾਂ ਕੋਈ ਹੋਰ ਗੱਲ ਕਰੀਏ ਪਲੀਜ਼ ਚਲੋ ਜੀਤ ਲਈ ਇੰਨਾ ਹੀ ਕਾਫੀ ਹੈ ਬਣ ਜਾਣੀ ਹੈ ਗੱਲ ਆਈ ਐਮ ਸੌਰੀ ਯਾਰ ਮੈਂ ਨਾ ਪਰ ਘਰੇ ਭੁੱਲ ਆਇਆ ਜੇ ਨੈਵਰ ਮਾਈਂਡ ਆਈਲ ਪੇ ਥੈਂਕ ਯੂ ਐ ਇਹ ਤੇ ਇੱਧਰ ਆਂਦੀ ਪਈ ਲੱਗਦੀ ਹੈ ਹਲੋ ਆਈਟਮ ਹੁਣ ਆ ਕੰਮ ਵੀ ਸ਼ੁਰੂ ਕਰਤਾ ਨਹੀਂ ਜੀ ਸਮਾਜ ਸੇਵਾ ਹੈਗੀ ਏ ਉਹ ਬਹੁਤ ਵੀ ਠੇਕੇਦਾਰ ਨੂੰ ਕਿਤੇ ਕੰਮ ਸੀ ਨਾ ਇਸ ਲਈ ਅਸਾਂ ਨੂੰ ਬਿਠਾ ਕੇ ਚੱਲਾ ਗਿਆ ਦੈਟਸ ਰੀਲੀ ਨਾਈਸ ਕਿੰਨੇ ਪੈਸੇ ਹੋਏ ਉਹ ਰਹਿਣ ਦੇ ਉਹ ਪੈਸੇ ਨੂੰ ਮਨੀ ਤੇ ਹੱਥਾਂ ਦੀ ਮਹਿਲ ਹੈਗੀ ਐਸ਼ ਕਰੋ ਯੂ ਆਰ ਰੀਲੀ ਫਨੀ ਐਸ਼ ਤੇਰੇ ਸਿਰ ਤੇ ਹੀ ਕਰਨੀ ਹੈ ਚੱਕ 100 ਰੁਪਏ ਬਾਕੀ ਤੇ ਬਾਕੀ ਤੁਸੀਂ ਟਿਪ ਰੱਖ ਲਓ ਜੁੜ ਪੈ ਗਏ ਕਿੱਧਰ ਸਾਈਬਰ ਕੈਫੇ ਚ ਆ ਰਿਹਾ ਦੇਖ ਨਹੀਂ ਰਿਹਾ ਵੀਰ ਜੀ ਹੱਥ ਵਿੱਚ ਬੋਟਲ ਹੈ ਵੀਰ ਜੀ ਮਾਰਨਿੰਗ ਵਰਕ ਫਿਨਿਸ਼ ਕਰਕੇ ਆ ਰਿਹਾ ਘਰ ਵਿੱਚ ਅਸਾਂ ਦੀ ਫਲੱਸ਼ ਬਲਾਕ ਹੋਈ ਪਈ ਹੈ ਨਾ ਓਏ ਓਏ ਕੁਝ ਪਤਾ ਕੀਤਾ ਤੂੰ ਹਾਂ ਪਤਾ ਕੀਤਾ ਸੀ ਪਲੰਬਰ ਬੋਲ ਰਿਹਾ ਕਿ ਕੁਝ ਗਿਰ ਗਿਆ ਉਹਦੇ ਅੰਦਰ ਓ ਯਾਰ ਮੈਂ ਉਸ ਕੁੜੀ ਦੀ ਗੱਲ ਕਰਦਾ ਹਾਂ ਅੱਛਾ ਤੈਨੂੰ ਕੀ ਹੁਣ ਤਾਂ ਯਾਰ ਸੁਪਨੇ ਵੀ ਉਹਦੇ ਆਉਣ ਲੱਗ ਗਏ ਹਾਂ ਸੁਪਨੇ ਆਉਣ ਲੱਗ ਗਏ ਨਾ ਵੀਰ ਜੀ ਇੱਧਰ ਆਓ ਪਤਾ ਕਰ ਲਿਆ ਉਸ ਬਾਰੇ ਰੌਣਕ ਨਾਮ ਹੈ ਉਸ ਦਾ ਤੇ ਕ੍ਰਿਕਟ ਦੀ ਗੇਮ ਪਸੰਦ ਕਰਦੀ ਹੈ ਵੀਰ ਜੀ ਮਿਲਦੇ 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 ਕਾਲਜ ਮਿਲਦੇ ਮਿਲਦੇ ਗੱਲ ਤਾਂ ਸੁਣ ਮੇਰੀ ਓਏ ਇਹ ਕੀ ਗੱਲ ਆਪਣਾ ਕੰਮ ਕੀਤਾ ਤੇ ਚੱਲ ਓਏ ਓਏ ਕੀ ਹੈ ਯਾਰ ਕਿੱਦਾਂ ਦੀ ਫਰੈਂਡਸ਼ਿਪ ਹੈਗੀ ਹੈ ਕਦੀ ਕੰਧ ਨਾਲ ਲਗਾ ਲੈਣਾ ਕਦੀ ਦਰਖਤ ਨਾਲ ਲਗਾ ਲੈਣਾ ਨਾ ਤੂੰ ਦੋਸਤ ਹੈ ਕਿ ਦੁਸ਼ਮਣ ਓਏ ਘੁੱਗੀ ਤੇਰੀ ਮੈਂ ਸੰਗੀ ਨੱਪ ਦੇਣੀ ਕਿਸੇ ਦਿਨ ਗੱਲ ਸੁਣ ਲੈ ਜੀ ਅੱਜ ਤੋਂ ਬਾਅਦ ਅਸਾਂ ਨੂੰ ਗੋਗੀ ਨਹੀਂ ਕਹਿਣਾ ਤੈਨੂੰ ਦੱਸਾਂ ਮੈਂ ਨਾ ਤੂੰ ਤਾਂ ਕਹਿੰਦਾ ਸੀ ਉਹ ਕ੍ਰਿਕਟ ਪਸੰਦ ਕਰਦੀ ਹੈ ਫਿਰ ਕੋਈ ਚੂਰ ਥੋੜੀ ਕਿ ਪਸੰਦ ਕਰਦੀ ਹੈ ਓਏ ਤੇਰੀ ਦੀਦੀ ਕਬੱਡੀ ਤੇ ਮਰਦੀ ਹੈ ਅੱਛਾ ਕਬੱਡੀ ਤੇ ਮਰਦੀ ਹੈ
ਫਿਰ ਯਾਰ ਪ੍ਰੋਬਲਮ ਕੀ ਹੈਗੀ ਹੈ? ਕਕਾ ਕਬੱਡੀ, ਕਕਾ ਕ੍ਰਿਕਟ, ਕਕਾ ਕੁੜੀ, ਉਛਾ ਜਾ ਵੀਰ ਜੀ, ਕੌਡੀ ਬਾਡੀ, ਕੌਡੀ ਬਾਡੀ, ਆਪਣੀ ਘਰ ਦੀ ਗੇਮ ਹੈਗੀ ਸ਼ੁਰੂ ਕਰ ਦੋ ਯਾਰ। ਕੌਡੀ ਬਾਡੀ, ਕੌਡੀ ਬਾਡੀ ਕੀ ਹੈ? ਕੌਡੀ ਬਾਡੀ ਨਾਲੇ ਹੋਰ, ਤੇਰਾ ਨਾ ਜੀਤ ਰੰਧਾਵਾ ਦੀ ਥਾਂ ਤੇ ਨਾ ਮੈਂ ਜੀਤ ਗੰਡਾਸਾ ਰੱਖਦੇ ਨੇ, ਹਰ ਵਕਤ ਫੜਨ ਨੂੰ ਤੁਲਿਆ ਰਹਿਣਾ। ਜੱਟਾਂ ਵਾਲੀ ਗੇਮ ਜਾਣਦਾ ਨੀ ਤੂੰ ਅਸਾਂ ਨੂੰ? ਕਿੰਜ ਤੱਕਦੀ ਐ ਸੰਭਲ ਤੂੰ ਨੀ, ਤੂੰ ਬਨ ਜਨ ਬਨ ਜਨ ਦਾਰ ਜੀ ਦਿਨੂ ਨੀ, ਤੂੰ ਬਨ ਜਨ। ਇਹ ਜੋਤੀ ਸੋਨਿਓ, ਅਸਾਂ ਨੇ ਨਾ ਇੱਕ ਸਕੀਮ ਬਣਾਈ ਹੈਗੀ ਹੈ ਕਿ ਪੇਪਰਾਂ ਤੋਂ ਬਾਅਦ ਤੁਸਾਂ ਨੂੰ ਲੈ ਕੇ ਭੱਜ ਜਾਣਾ ਹੈ ਤੇ ਤੁਸਾਂ ਨਾਲ ਬਣਾ ਲੈਣੀ ਹੈ ਲਵ ਮੈਰਿਜ। ਤੁਝੇ ਆਉਣ ਦੀ ਕੀ ਲੋੜ ਹੈ, ਮੇਰੇ ਘਰ ਦੇ ਵੈਸੇ ਹੀ ਮਾਰਨੇ ਮੰਨ ਜਾਣਾ। ਮੰਨ ਜਾਣਾ ਫਿਰ ਤੇ ਸੋਨਿਓ ਮਜ਼ਾ ਹੀ ਕਿਰਕਰਾ ਹੋ ਜਾਣਾ। ਦੇਖੋ ਲਵ ਮੈਰਿਜ ਦਾ ਫਾਇਦਾ ਤੇ ਤਾਂ ਦੇ ਨਾ ਕਿ ਤੁਸੀਂ ਘਰੋਂ ਵਜੋਂ ਲੜਕੀ ਨੂੰ ਲੈ ਕੇ ਪਿੱਛੇ ਤੁਸਾਂ ਦੇ ਪੁਲਿਸ ਲੱਗੀ ਹੋਵੇ, ਹੂਟਰ ਵੱਜਦੇ ਹੋਣ, ਲੜਕੀ ਦੇ ਘਰ ਦੇ ਤੁਸਾਂ ਦੇ ਪਿੱਛੇ ਹੋਣ, ਕਿਰਪਾਨਾਂ ਉਹਨਾਂ ਦੇ ਹੱਥਾਂ ਵਿੱਚ ਹੋਣ, ਬੰਦੂਕਾਂ ਉਹਨਾਂ ਦੇ ਹੱਥਾਂ ਵਿੱਚ ਹੋਣ, ਕਹਿੰਦੇ ਆਉਂਦੇ ਹੋਣ ਮਾਰ ਸੁੱਟਾਂਗੇ, ਕੱਟ ਸੁੱਟਾਂਗੇ, ਵੱਟ ਸੁੱਟਾਂਗੇ, ਪਰ ਤੁਸਾਂ ਨੇ ਤਾਂ ਸਾਡਾ ਸਵਾਦ ਹੀ ਖਰਾਬ ਕਰ ਛੱਡਿਆ। ਚੱਲ ਪਕਾਈ ਨਾ ਮਰ, ਤੇਰਾ ਮੇਰਾ ਕੋਈ ਮੇਲ ਬੰਦ ਹੈ? ਗੱਲ ਸੁਣ ਲੈ, ਅਸਾਂ ਦੇ ਕੱਦ ਤੇ ਕਮੈਂਟ ਨਹੀਂ ਕਰਨਾ, ਹਾਈਟ ਤੇ ਕਮੈਂਟ ਨਹੀਂ ਕਰਨਾ, ਅਸਾਂ ਤੇ ਪਿਆਰ ਇਸ਼ਕ ਮੁਹੱਬਤ ਦੇ ਵਿੱਚ ਨਾਪ ਤੋਲ ਨਹੀਂ ਚੱਲਦਾ ਸੋਨਿਓ। ਜਿੱਥੋਂ ਤੋਂ ਸਾਨੂੰ ਪਿਆਰ ਮਿਲਣਾ, ਜਿੱਥੋਂ ਤੋਂ ਸਾਨੂੰ ਸਤਿਕਾਰ ਮਿਲਣਾ, ਜਿੱਥੋਂ ਤੋਂ ਸਾਨੂੰ ਤਸੱਲੀ ਆਉਣੀ ਹੈ ਨਾ, ਅਸਾਂ ਦਾ ਉਹ ਦਿਲ ਬਹੁਤ ਵੱਡਾ ਹੈ। ਪਰ ਤੁਸੀਂ ਕੀ ਜਾਣੋ ਪਿਆਰ ਮੁਹੱਬਤ ਦੀਆਂ ਗੱਲਾਂ, ਮਜ਼ਾ ਹੀ ਕਿਰਕਰਾ ਕਰ ਛੱਡਿਆ। ਕਰਦੀ ਹੈ ਗੱਲ ਸਾਲਾ ਇਧਰ ਕਿਧਰ ਗਾੜੀ ਪਾਈ ਬੈਠਾ ਵੇ। ਹਲੇ ਓ ਫਰਾਡੀ, ਤੁਸਾਂ ਨੂੰ ਬੁਲਾਇਆ ਲੱਗਦਾ ਹੈ। ਤੁਹਾਨੂੰ ਬੁਲਾਇਆ? ਅਸਾਂ ਨੇ ਬੁਲਾਇਆ, ਆਨੇ ਹਾਂ ਆਨੇ ਹਾਂ। ਇਹ ਫਰਾਡੀ ਕਿਸ ਨੂੰ ਕਿਹਾ ਸੀ? ਟੀਨੂ ਕੋਹਲੀ ਨੂੰ ਕਿਹਾ। ਅੱਛਾ ਅੱਛਾ ਬੇਟੀ, ਟੀਨੂ ਕੋਹਲੀ ਤੇ ਮੈਂ ਹੀ ਆ। ਫਿਰ ਤੈਨੂੰ ਕਿਹਾ ਹੋਣਾ? ਓ ਸੌਰੀ, ਮੇਰਾ ਵੋਲਿਊਮ ਘੱਟ ਹੋਣਾ, ਤੈਨੂੰ ਸੁਣਿਆ ਨਹੀਂ ਹੋਣਾ, ਲਾਊਡ ਕਹਿ ਦਿੰਦੇ ਆ। ਰਹਿਣ ਦੇ ਨਾ ਪਲੀਜ਼। ਇਹ ਦੱਸੋ ਵੀਰ ਜੀ, ਇੱਧਰ ਚਰਨ ਕਿੱਦਾਂ ਪਾਏ ਤੁਸੀਂ? ਦੇਖ ਕਾਲਜ ਦਾ ਮਾਮਲਾ ਇੱਥੇ, ਪੱਪੀ ਕਾਹੀ ਨਹੀਂ ਨਾ ਨੀ ਬੇਇੱਜ਼ਤੀ ਕਰਾ ਦੇਗਾ। ਉਹ ਗੋਲੀ ਮਾਰ ਯਾਰ ਪੱਪੀ ਨੂੰ, ਐਂ ਦੱਸ ਉਹ ਕੁੜੀ ਕੌਣ? ਪਰਜਾਈਏ ਤੇਰੀ। ਇਹ ਮਤਲਬ ਕਿਵੇਂ ਟਕਾਈ, ਕਦੋਂ ਟਕਾਈ? ਇੱਕ ਚੁਟਕੀ ਦੇ ਵਿੱਚ ਵੀਰ ਜੀ, ਕੱਲ ਇਹ ਵੀਰ ਜੀ ਇਸ਼ਕ ਮੁਹੱਬਤ ਦਾ ਮਾਮਲਾ, ਦਿਲ ਦੀ ਮਰੀਜ਼, ਕੰਨਾਂ ਤੋਂ ਸੁਣਾਈ ਨਹੀਂ ਦਿੰਦਾ, ਮੂੰਹ ਤੋਂ ਬੋਲ ਨਹੀਂ ਸਕਦੀ, ਬਸ ਇਸ਼ਾਰਿਆਂ ਨਾਲ ਗੱਲ ਸਮਝਦੀ ਆ ਅਸਾਂ ਦੀ। ਕਾਹਨੂੰ ਬਕਵਾਸ ਮਾਰਦਾ ਉਹ? ਸੱਚ ਆਖ ਰਿਹਾ, ਸੱਚ, ਯਕੀਨ ਨਹੀਂ ਆਉਂਦਾ ਨਾ, ਜਾ ਕੇ ਹੁਣੀ ਪੁੱਛ ਲੈ। ਮੈਂ ਫਿਰ ਪੁੱਛ ਲੈਣਾ ਜਾ ਕੇ। ਨਹੀਂ ਨਹੀਂ, ਸੀਰੀਅਸ ਨਹੀਂ ਲੈਣਾ, ਇੰਨਾ ਜਾਣ ਦੀ ਲੋੜ ਕਾਹੀ ਨਹੀਂ ਹੈ, ਇੱਥੇ ਬੈਠੋ ਤੁਸੀਂ ਆਪਾਂ ਗੱਲਬਾਤ ਕਰਦੇ ਹਾਂ। ਜਾਓ, ਇਹਨੂੰ ਕਹਿੰਦੇ ਨੇ ਰੰਗ ਵਿੱਚ ਪੰਗ ਪਾਉਣਾ। ਕਬੱਡੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਤਾਂ ਸੁਣਦਾ ਜੀ। ਮਤਲਬ? ਮਤਲਬ ਟੀਨੂ ਕੋਹਲੀ ਕਹਿੰਦਾ ਸੀ ਜੀ, ਉਹ ਲੰਬਾ ਜਿਹਾ ਮੁੰਡਾ ਨੀ? ਲੰਬਾ ਜਿਹਾ? ਹਾਂ, ਉਹ ਕਹਿੰਦਾ ਸੀ, ਕਹਿੰਦਾ ਵੀ ਕੁੜੀ ਬੋਲੀ ਹੈ। ਮੈਂ ਬੋਲੀ ਨਾ? ਉਹ ਅਬ ਤੁਹਾਡਾ ਲਾਡ ਚੱਲਦਾ ਹੋਣਾ ਨਾ ਆਪਸ ਚ, ਲਾਡ ਨਾ ਕਹਿੰਦਾ ਹੋਣਾ, ਉਹ ਦੱਸਿਆ ਸੀ ਉਹਨੇ ਮੈਨੂੰ ਵੀ ਤੁਹਾਡੀ ਉਹ ਟੀਨੂ ਕੋਹਲੀ ਨਾਲ ਸੈਟਿੰਗ ਹੈ ਨਾ ਆਪਸ ਚ। ਮੇਰੀ ਸੈਟਿੰਗ ਟੀਨੂ ਕੋਹਲੀ ਨਾਲ? ਟੀਨੂ ਕੋਹਲੀ ਕਹਿੰਦਾ ਸੀ ਜੀ, ਮੈਂ ਤਾਂ ਨਹੀਂ ਕਹਿ ਰਿਹਾ ਜੀ। ਨਹੀਂ, ਏਦਾਂ ਦੀ ਕੋਈ ਗੱਲ ਨਹੀਂ। ਪਰ ਵੈਸੇ ਤੁਸੀਂ ਲੱਗਦੇ ਤਾਂ ਹੈ ਨਹੀਂ ਜੀ। ਕੀ ਲਾਲਚੀ,
ਮਤਲਬ ਲਾਲਚੀ ਨਹੀਂ ਲੱਗ ਰਹੇ ਜੀ। ਉਹ ਟੀਨੂ ਕੋਹਲੀ ਕਹਿੰਦਾ ਸੀ ਜੀ, ਕਹਿੰਦਾ ਕੁੜੀ ਥੋੜੀ ਲਾਲਚੀ ਟਾਈਪ ਹੈ, ਕਹਿੰਦਾ ਵੀ ਦੋ ਸਮੋਸੇ ਇੱਕ ਗੁਲਾਬ ਜਾਮਨ ਤੇ ਸੈੱਟ ਹੋ ਜਾਂਦੀ ਆ। ਉਹਦੀ ਇਹਨੀ ਹਿੰਮਤ? ਹਾਂ ਜੀ, ਹਿੰਮਤ ਤਾਂ ਉਹਦੀ ਅਜੇ ਹੋਰ ਵੀ ਬਹੁਤ ਸੀ ਜੀ, ਬਹੁਤ ਕੁਝ ਕਿਹਾ ਉਹਨੇ ਕੀ, ਪਰ ਇਹਦੀ ਹੁਣ ਹੋਰ ਦੱਸਣ ਦੀ ਹਿੰਮਤ ਹੈ ਨਹੀਂ ਜੀ। ਨਹੀਂ ਨਹੀਂ ਦੱਸੋ ਨਾ ਜੀ। ਹਾਲਾਂਕਿ ਮੈਂ ਉਹਨੂੰ ਕਿਹਾ ਸੀ ਕੀ, ਮੈਂ ਕਿਹਾ ਯਾਰ ਕੁੜੀ ਤਾਂ ਗਊ ਹੈ, ਸਰੀਰ ਵੱਲੋਂ ਨਹੀਂ ਜੀ, ਮਤਲਬ ਸੁਭਾਅ ਵੱਲੋਂ। ਓਕੇ, ਮੈਂ ਕਿਹਾ ਜੀ ਕੁੜੀ ਤਾਂ ਗਊ ਲੱਗਦੀ ਹੈ, ਕੁੜੀ ਤਾਂ ਮੈਨੂੰ ਸਾਊ ਲੱਗਦੀ ਹੈ। ਥੈਂਕ ਯੂ। ਕੁੜੀ ਤਾਂ ਖੂਬਸੂਰਤੀ ਦਾ ਮੁਜੱਸਮਾ ਹੈ, ਸਾਦਗੀ ਦੀ ਮੂਰਤ। ਸੋ ਨਾਈਸ ਆਫ ਯੂ। ਕਹਿੰਦਾ ਨਹੀਂ ਸੁਖੀ, ਸੁਖੀ ਦਾਸ ਨੂੰ ਸੁਖੀ ਕਹਿੰਦੇ ਜੀ, ਸੁਖੀ ਬੜਾ। ਦਾਸ ਕੌਣ? ਮੈਂ ਖੁਦ ਨੂੰ ਦਾਸ ਕਹਿ ਰਿਹਾ ਜੀ, ਨਿਮਾਣਾ ਦੱਸ ਰਿਹਾ ਜੀ, ਡਾਊਨ ਟੂ ਅਰਥ। ਕਹਿੰਦਾ ਨਹੀਂ ਸੁਖੀ, ਕੁੜੀ ਤਾਂ ਰੱਦੀ ਉਹ ਹੈ। ਇਹ ਉਹ ਕੀ ਹੈ? ਰੱਦੀ ਦੇ ਨਾਲ ਉਹ ਜਿਹੜਾ ਕਹਿੰਦੇ ਹੁੰਦੇ ਆ ਰੱਦੀ, ਮੈਂ ਹੁਣ ਦੱਸ ਨਹੀਂ ਸਕਦਾ ਜੀ, ਜਿੱਦਾਂ ਹੁੰਦਾ ਨਾ ਸ਼ਾਪਿੰਗ ਮਾਲ, ਰੱਦੀ ਸ਼ਾਪਿੰਗ ਮਾਲ ਵਿੱਚ ਸ਼ਾਪਿੰਗ ਕੱਟ ਦੋ ਰੱਦੀ। ਉਹਨੇ ਮੈਨੂੰ ਮਾਲ ਕਿਹਾ? ਨਾ ਜੀ ਨਾ, ਰੱਦੀ ਮਾਲ ਕਿਹਾ ਜੀ, ਤਾਂ ਹੀ ਤਾਂ ਬੁਰਾ ਲੱਗਿਆ ਮੈਨੂੰ। ਹਾਂ ਜੀ, ਉਹਦੀ ਇੰਨੀ ਹਿੰਮਤ? ਤੁਸੀਂ ਸੱਚੋ ਸੱਚੀ ਦੱਸੋ ਮਿਸਟਰ, ਜੋ ਤੁਸੀਂ ਕਹਿ ਰਹੇ ਹੋ ਸੱਚ ਕਹਿ ਰਹੇ ਹੋ? ਹਾਂ ਜੀ, ਮੈਂ ਜੀ ਬਸ ਜ਼ਿੰਦਗੀ ਦੇ ਵਿੱਚ ਕੋਈ ਤਾਂ ਮੇਰੀ ਟ੍ਰੈਜਡੀ ਹੈ ਜੀ, ਮੈਂ ਬਸ ਕਦੇ ਝੂਠ ਨਹੀਂ ਬੋਲਿਆ ਜੀ। ਓ ਟੀਨੂ ਕੋਹਲੀ, ਤੂੰ ਮੈਨੂੰ ਕਿਹਾ ਰੱਦੀ? ਨਾ ਜੀ, ਮਾਲ ਵੀ ਕਿਹਾ ਜੀ, ਪਰ ਮੈਂ ਰਿਪੀਟ ਨਹੀਂ ਕਰ ਸਕਦਾ ਬਾਰ ਬਾਰ। ਹਾਂ ਹਾਂ, ਮੈਨੂੰ ਪਤਾ, ਉਹਨੇ ਮੈਨੂੰ ਬੋਲੀ ਵੀ ਕਿਹਾ ਸੀ। ਹਾਂ ਜੀ ਹਾਂ ਜੀ। ਕੋਈ ਨਾ, ਭੱਜ ਲੈ ਤੇ ਇੱਥੋਂ ਜਿੱਥੇ ਤੱਕ ਹੁਣ ਭੱਜੀ ਹੋ ਜਾਂਦਾ। ਨਾ, ਮੈਂ ਕੀ ਕਿਹਾ ਜੀ, ਟੀਨੂ ਕੋਹਲੀ ਬੋਲਿਆ ਜੀ। ਓਹੋ, ਤੈਨੂੰ ਨਹੀਂ, ਉਹ ਨਹੀਂ ਕਹਿ ਰਹੀਆਂ। ਲੈ ਵੀ ਟੀਨੂ ਕੋਹਲੀ, ਭੱਜ ਲੈ ਜੇ ਭੱਜਿਆ ਜਾਂਦਾ, ਅੱਜ ਤੇਰੀ ਬਚਤ ਕਾਹੀ ਨਹੀਂ। ਭੱਜ ਲੈ ਬਸ, ਏਦਾਂ ਹੀ ਉਹਨੂੰ ਪੈਰ ਥੱਲੇ ਰੱਖ ਕੇ ਕਰੀ ਪੈਰ ਜਿਹਾ ਮਾਰ ਦਿਓ, ਪੈਨਸਲ ਹੀਲ ਪਾ ਲਿਓ। ਹੈਲੋ ਹੈਲੋ, ਸੁੱਤੇ ਨਹੀਂ ਹਾਲੇ ਤੱਕ? ਇਸ ਵੇਲੇ ਤਾਂ ਉੱਲੂ ਜਾਗਦੇ ਹੁੰਦੇ ਆ। ਫੋਨ ਦੀ ਘੰਟੀ ਤਾਂ ਤੂੰ ਵੀ ਨਹੀਂ ਵੱਜਣ ਦਿੱਤੀ, ਜਾਗਦੀ ਤਾਂ ਤੂੰ ਵੀ ਹੈ, ਇਸ ਹਿਸਾਬ ਨਾਲ ਤੂੰ ਵੀ ਉੱਲੂ ਹੀ ਹੋਈ। ਨਾ ਸੋਰੀ ਸੋਰੀ, ਤੁਹਾਡਾ ਤਾਂ ਫੀਮੇਲ ਜੈਂਡਰ ਹੈ ਜੀ, ਮਤਲਬ ਫਿਰ ਉੱਲਣੀ ਹੋਈ ਨਾ ਜੀ, ਤੂੰ ਵੀ ਉੱਲਣੀ। ਸਦਕੇ ਜਾਵਾਂ ਤੁਹਾਡੀ ਮੁਹੱਬਤ ਦੇ, ਲੋਕੀ ਤਾਂ ਆਪਣੀ ਮਹਿਬੂਬਾ ਨੂੰ ਪਤਾ ਨਹੀਂ ਕੀ ਕੀ ਕਹਿੰਦੇ ਆ, ਕਦੇ ਕਬੂਤਰੀ ਕਦੀ ਮੋਰਨੀ, ਤੇ ਤੁਸੀਂ ਮੈਨੂੰ ਉੱਲਣੀ ਦੱਸੀ ਜਾਂਦੇ ਹੋ। ਹਜੇ ਤਾਂ ਜੀ ਮੈਂ ਉੱਲਣੀ ਕਹਿ ਕੇ ਵੀ ਲਿਹਾਜ ਕਰ ਗਿਆ ਤੁਹਾਡਾ, ਏਦੂ ਮੋਟਾ ਕੋਈ ਪੰਛੀ ਮੇਰੇ ਧਿਆਨ ਚ ਨਹੀਂ ਆਇਆ ਜੀ। ਅੱਛਾ, ਇੱਕ ਗੱਲ ਪੁੱਛਾਂ, ਸੱਚੀ ਸੱਚੀ ਦੱਸਿਓ, ਤੁਸੀਂ ਮੇਰੇ ਵਿੱਚ ਇਹੋ ਜਿਹਾ ਕੀ ਦੇਖ ਲਿਆ ਜੋ ਮੇਰੇ ਨਾਲ ਵਿਆਹ ਕਰਾਉਣ ਦੀ ਸੋਚ ਲਈ? ਮੈਂ ਤਾਂ ਜੀ ਸੱਚੀ ਦੱਸਾਂ ਜੀ, ਮੈਂ ਤਾਂ ਜੀ ਆਪਦੇ ਜਵਾਕਾਂ ਦਾ ਭਵਿੱਖ ਦੇਖਿਆ ਜੀ ਬਸ। ਕੀ ਮਤਲਬ? ਮਤਲਬ ਇਹੀ ਹੈ ਜੀ ਕਿ ਅੱਜ ਕੱਲ੍ਹ ਦੀਆਂ ਸੁੱਕੀਆਂ ਸੜੀਆਂ ਜਨਾਨੀਆਂ ਤਾਂ ਜਿੱਦਾਂ ਗਡੋਇਆਂ ਵਰਗੇ ਜਵਾਕ ਜੰਮਦੀਆਂ ਜੀ, ਮੈਂ ਸੋਚਦਾ ਕਿਤੇ ਮੋਟੀ ਤਾਂ ਜੀ ਜਨਾਨੀ ਨਾਲ ਵਿਆਹ ਕਰਾਵਾਂਗੇ ਜੀ, ਤਾਂ ਨਿਆਣੇ ਵੀ ਮੋਟੇ ਤਾਂ ਜੇ ਜੰਮੂਗੇ, ਮੁੰਡਾ ਜੰਮਦਾ ਹੀ ਭਾਵੇਂ ਰੇਡ ਪਾਉਣ ਭੇਜ ਦਿਓ ਜੀ, ਆਪਾਂ ਤਾਂ ਜਵਾਕਾਂ ਨੂੰ ਕਬੱਡੀ ਖਿਡਾਉਣੀ ਹੈ। ਲੈ ਲੱਗਦਾ ਸੰਗ ਕੇ ਕੱਟ ਗਈ ਸੰਗ ਗਈ। ਆਇਆ ਮਾਸਟਰ ਨੀ, ਹੁਣ ਨੀ ਤੇਰੇ ਬਿਨਾਂ ਘਰ ਚੰਗਾ ਲੱਗਦਾ। ਸਿਮਰਨ ਕੌਰੇ ਆ ਗਏ ਵੀ ਆਪਣੇ ਮਹਿਲ ਚ ਬਾਰੇ, ਹੈ ਆ ਰਸਤੇ ਪਛਾਣ ਲੈ, ਹੁਣ ਇੱਥੇ ਹੀ ਆਉਣਾ ਜਾਣਾ ਸਾਰੀ ਜ਼ਿੰਦਗੀ। ਉਹ ਫੇਰ ਘਰੇ ਨਾ ਕੋਈ ਹੋਣ ਕਰਕੇ ਤਾਂ ਫੇਰ ਆ ਜੰਦੇ ਜੁੰਦੇ ਲਾ ਕੇ ਜਾਣਾ ਪੈਂਦਾ, ਘਰੇ ਤਾਂ ਹੈ ਨੀ ਕੋਈ, ਸੋ ਪਾਣੀ ਪੂਣੀ ਵੀ ਆਪ ਹੀ ਵਾਰਨਾ ਪੈਣਾ, ਤੇਲ ਤੂਲ ਵੀ ਚੋਣਾ ਪੈਣਾ, ਇੱਧਰ ਨੂੰ ਹੋ ਜਾਓ ਤੇਲ ਦੇ ਛਿੱਟੇ ਨਾ ਪੈ ਜਾਣ ਕਿਤੇ। ਹਾਂਜੀ, ਹਰ ਦੂ ਲਾਂਤ ਤੇਰੇ ਜੰਮਣ ਦੇ ਨਾ ਰਹਿਣੇ ਆ, ਸੰਗ ਕਰ ਲਿਆ ਕਰ, ਕੁਛ ਕਰਤੀ ਵੱਧ ਸਕਣੀ ਆਉਂਦੇ ਨੇ। ਕਿੱਦਾਂ ਸੁਣਿਓ, ਸੰਗ ਤਾਂ ਨਹੀਂ ਆਉਂਦੀ ਹੋਣੀ, ਦੀਦੀ ਆਪਣੀ ਨੂੰ ਸੁਣਿਓ ਕਹੀ ਜਾਂਦਾ। ਓ ਵੀਰ ਜੀ, ਅਸੀਂ ਤੇ ਟੈਂਪਰੇਰੀ ਦੀਦੀ ਬਣਾਈ ਸੀ, ਤੁਸੀਂ ਤੇ ਪਰਮਾਨੈਂਟ ਜੀਜੂ ਬਣ ਗਏ ਲੱਗਦੇ ਹੋ। ਲੱਗਦੇ ਦਾ ਕੀ ਮਤਲਬ ਹੁੰਦਾ, ਤੈਨੂੰ ਕੀ ਲੱਗਦਾ ਬਈ, ਹੈ ਆ ਫੈਂਸੀ ਡਰੈਸ ਦੇ ਵਿੱਚ ਆਏ ਆ ਅਸੀਂ ਕਿਤੇ? ਮਤਲਬ ਫੇਰੇ ਹੋ ਗਏ ਨੇ, ਕੰਮ ਹੋ ਗਿਆ ਹੈ। ਕੀ ਬਾਤ ਹੈ, ਵਧਾਈ ਹੋਵੇ ਦੀਦੀ। ਮੋਟੇ ਤਾਂ ਦੀਦੀ ਕਹਿਣ ਚ ਵੀ ਸ਼ੱਕ ਹੀ ਰਹਿੰਦਾ ਯਾਰ, ਹੈ
ਕੀ ਦੀਦੀ ਵਧਾਈਆਂ ਦੇਈਆਂ, ਜੀਜਾ ਦੇਖਦਾ ਨੀ ਤੈਨੂੰ ਯਾਰ ਉਰੇ ਖੜਾ। ਚੱਲ ਠੀਕ ਹੈ, ਸ਼ੱਕ ਤੇ ਦੂਰ ਕਰ ਲੈਨੇ ਆ, ਚਲੋ ਜੀ ਅੰਦਰ ਚੱਲ ਕੇ ਪਾਰਟੀ ਕਰਦੇ ਆ ਗਿਆ। ਅੱਜ ਪਾਰਟੀ ਕਰਦੇ ਆ, ਤੈਨੂੰ ਫਸਟ ਪਾਰਟੀ ਨਹੀਂ ਦੇਖਦੀ, ਸਿੱਧਾ ਸੈਕਿੰਡ ਪਾਰਟੀ ਨੂੰ ਪਾਰਟੀਆਂ ਆਫਰ ਕਰੀ ਜਾਂਦਾ ਯਾਰ। ਹੈ ਕੁੜੀਏ ਤੂੰ ਅੰਦਰ ਚੱਲ। ਇਦਾਂ ਕਿਦਾਂ ਅੰਦਰ ਚੱਲਾਂ ਜੀ, ਹਲੇ ਤਾਂ ਅੰਦਰ ਦਾ ਮੈਨੂੰ ਰਾਹ ਹੀ ਨਹੀਂ ਪਤਾ, ਰਸੋਈ ਕਿੱਥੇ ਹੈ ਤੇ ਕਮਰਾ ਕਿੱਥੇ ਹੈ। ਅੰਦਰ ਕਿਹੜਾ ਪਟਿਆਲੇ ਰਾਜ ਦਾ ਸ਼ੀਸ਼ ਮਹਿਲ ਹੈ, ਕਮਰਾ ਹੈ, ਜਿੱਥੇ ਮਰਜ਼ੀ ਜਾ ਕੇ ਆਸਣ ਲਗਾ ਲੈਣਾ, ਕਿਉਂ ਜੀ। ਆ ਚੁੱਕ, ਚਲੋ। ਇਹ ਕੀ ਹੈ? ਇਹ IPL ਦਾ ਟਿਕਟ ਹੈ, ਤੈਨੂੰ ਨਹੀਂ ਦਿਸਦਾ 100 ਦਾ ਨੋਟ? ਸੁੱਕੀ ਵੀਰ ਮੇਰੀ ਗੱਲ ਤੇ ਸੁਣ। ਚੱਲ ਵਧਾਈ ਇੰਨੀ ਕੀ ਹੁੰਦੀ ਹੈ, ਚੱਲ ਉਹ ਵਧਾਈਆਂ ਇੰਨੀਆਂ ਕੀ ਹੁੰਦੀਆਂ, ਚੱਲ ਉਹ ਕੋਈ ਨਿਆਣਾ ਨਿੱਕਾ ਹੋਏਗਾ ਵੱਧ ਦੇ ਦੇਵਾਂਗੇ। ਚਲੋ ਹੁਣ ਉਹ ਵਧਾਈ ਲੈ ਕੇ ਜਾਓ ਯਾਰ, ਪਿੰਡ ਵਸਿਆ ਨਹੀਂ, ਮੰਗਣ ਵਾਲੇ ਪਹਿਲਾਂ ਆ ਜਾਂਦੇ ਆ। ਕਮਾਲ, ਉਹ ਇੰਨੇ ਰੱਖ ਲੈ, ਫੇਰ ਕਰ ਦੇਵਾਂਗੇ ਨਾਲੇ, ਹੁਣ ਵਾਰੀ ਵਾਰੀ ਨਾ ਆਇਓ ਘਰੇ, ਦੱਸ ਦੀ ਵਧਾਈ ਮਿਲ ਗਈ ਹੋਈ ਹੈ। ਚਲੋ ਚਲੋ ਹੁਣ ਆ ਜਾ ਕੁੜੀਏ, ਇਹ ਕਲਹਿਣੇ ਜਿਹੇ ਹੁੰਦੇ ਆ ਪਿੰਡ 'ਚ ਕਈ ਇਹੋ ਜਿਹੇ। ਹੈਂ, ਅੱਛਾ।